ਅਧਿਆਪਕ ਸਾਥਿਓ ਤੇ ਪਿਆਰੇ ਬੱਚਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਂ ਪਿਆਰੇ ਬੱਚਿਓ ਪਿੱਛੇ ਜਿਹੜਾ 25 ਜਨਵਰੀ ਨੂੰ ਪੇਪਰ ਹੋਇਆ ਸੀਗਾ ਹਿੰਦੀ ਦਾ ਉਹ ਆਪਾਂ ਚੈਨਲ ਤੇ ਅਪਲੋਡ ਕਰਤਾ ਸੀਗਾ ਹੁਣ ਅੱਜ 26 ਜਨਵਰੀ ਦੀ ਛੁੱਟੀ ਹੈ ਤੇ ਕੱਲ 27 ਨੂੰ ਵੀ ਕਈ ਸਕੂਲਾਂ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਛੁੱਟੀ ਦਾ ਐਲਾਨ ਹੋ ਜੇਗਾ ਤੇ ਕਈਆਂ 'ਚ ਹੋ ਗਿਆ ਹੈ ਕਈਆਂ 'ਚ ਹੋ ਜੂਗਾ ਤੇ ਉਹ ਤੁਹਾਡੇ ਸਕੂਲ ਦੇ ਅਧਿਆਪਕਾਂ ਦੁਆਰਾ ਤੁਹਾਡੇ ਜੋ ਗਰੁੱਪ ਬਣੇ ਹੋਏ ਆ ਉਹਨਾਂ 'ਚ ਤੁਹਾਨੂੰ ਇਨਫੋਰਮੇਸ਼ਨ ਮਿਲ ਜੇਗੀ ਵੀ ਤੁਹਾਡੇ ਸਕੂਲ ਛੁੱਟੀ ਹੈ ਜਾਂ ਨਹੀਂ ਹੈ ਪਰ ਜਿਹੜਾ ਪੇਪਰ ਹੈ ਉਹ ਕੱਲ ਦੀ ਤਰੀਕ ਨੂੰ 27 ਤਰੀਕ ਨੂੰ ਕੋਈ ਪੇਪਰ ਨਹੀਂਗਾ ਪੇਪਰ ਜਿਹੜਾ ਹੋਏਗਾ ਹੁਣ ਸੋਮਵਾਰ 29 ਤਰੀਕ ਨੂੰ ਹੋਏਗਾ ਜਿਹੜਾ ਚੌਥੀ ਕਲਾਸ ਦਾ ਈਵੀਐਸ ਦਾ ਪੇਪਰ ਹੈ ਵਾਤਾਵਰਣ ਸਿੱਖਿਆ ਦਾ ਆਪਾਂ ਉਹ ਪੇਪਰ ਕਰਾਂਗੇ ਤੇ ਇਹ ਹੋਏਗਾ ਪੰਜਾਬੀ మీడియం ਦੇ ਵਿੱਚ ਇਸ ਤੋਂ ਬਾਅਦ ਆਪਾਂ ਇੱਕ ਪੇਪਰ ਸੈਂਪਲ 2 ਅਪਲੋਡ ਕਰਾਂਗੇ ਜਿਹੜਾ ਕਿ ਦੋਨੋਂ మీడియం ਦੇ ਵਿੱਚ ਹੋਏਗਾ ਇੰਗਲਿਸ਼ ਵਿੱਚ ਤੇ ਪੰਜਾਬੀ ਵਿੱਚ ਵੀ ਦੋ ਪੇਪਰ ਆਪਾਂ ਅਪਲੋਡ ਕਰਦੇ ਆਂਗੇ ਦੋਨੋਂ ਤੁਸੀਂ ਦੇਖ ਲਓ ਤੇ ਦੋਨਾਂ ਦੇ ਵਿੱਚੋਂ ਤੁਹਾਨੂੰ ਮੈਕਸਿਮਮ ਪੇਪਰ ਜਿਹੜਾ ਤੁਹਾਡਾ ਦੇਖਣ ਨੂੰ ਮਿਲੇਗਾ ਤੇ ਆਪਾਂ ਹੁਣ ਕਰਦੇ ਆਂ EVS ਦਾ ਪੇਪਰ ਪੁਹੀ ਪਹਿਲਾਂ ਦੀ ਤਰ੍ਹਾਂ ਸਕੂਲ ਦਾ ਨਾਮ ਵਿਦਿਆਰਥੀ ਦਾ ਨਾਮ ਜਮਾਤ ਰੋਲ ਨੰਬਰ ਤੇ ਮਿਤੀ ਉਸ ਤੋਂ ਬਾਅਦ ਪਹਿਲੇ ਕੀ ਹੈ ਪੰਜ ਨੰਬਰ ਦੀਆਂ ਖਾਲੀ ਥਾਂ ਹੈ ਪੰਜਾਬੀ ਸਤਿ ਸ਼੍ਰੀ ਅਕਾਲ। 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 ਪੰਜਾਬੀ ਸਤਿ ਸ਼੍ਰੀ ਸਾਨੂੰ ਕੁਦਰਤੀ ਸਰੋਤਾਂ ਦੀ ਡੈਸ਼ ਵਰਤੋਂ ਕਰਨੀ ਵਰਤੋਂ ਨਹੀਂ ਕਰਨੀ ਚਾਹੀਦੀ ਗਲਤ ਗਲਤ ਵਰਤੋਂ ਜਿਹੜੀ ਨਹੀਂ ਕਰਨੀ ਚਾਹੀਦੀ ਨੰਬਰ 3 ਅੱਗੇ ਕੰਪਿਊਟਰ ਇੱਕ ਅਨੋਖੀ ਮਸ਼ੀਨ ਹੈ ਨੰਬਰ 4 ਉਸ ਤੋਂ ਬਾਅਦ ਆਰਓ ਦਾ ਵਾਧੂ ਪਾਣੀ ਡੈਸ਼ ਵਿੱਚ ਪਾ ਸਕਦੇ ਹਾਂ ਕਿਹਾਰੀਆਂ ਨੰਬਰ 5 ਇਹ ਤੁਸੀਂ ਖਾਲੀ ਥਾਵਾਂ ਭਰ ਲੈਣੀ ਆ ਇਸ ਤੋਂ ਬਾਅਦ ਅੱਗੇ ਹੈ 4 ਨੰਬਰ ਦੇ ਠੀਕ ਗਲਤ ਪਹਿਲਾ ਕੀ ਹੈ ਕੰਪਿਊਟਰ ਤੇ ਫਿਲਮਾਂ ਨਹੀਂ ਦੇਖ ਸਕਦੇ ਆਪਾਂ ਕੰਪਿਊਟਰ ਤੇ ਫਿਲਮਾਂ ਦੇਖ ਸਕਦੇ ਹਾਂ ਇਹਦਾ ਮਤਲਬ ਇਹ ਕੀ ਹੋ ਗਿਆ ਗਲਤ ਸਬਜ਼ੀਆਂ ਧੋ ਕੇ ਵਾਧੂ ਪਾਣੀ ਡੋਲ ਦੇਣਾ ਚਾਹੀਦਾ ਹੈ ਗਲਤ ਵਾਧੂ ਪਾਣੀ ਆਪਾਂ ਨੂੰ ਕਿਆਰੀਆਂ ਵਿੱਚ ਪਾਉਣਾ ਚਾਹੀਦਾ ਗੰਦਾ ਪਾਣੀ ਪੀਣ ਨਾਲ ਕੁਝ ਨਹੀਂ ਹੁੰਦਾ ਗਲਤ ਗੰਦਾ ਪਾਣੀ ਪੀਣ ਨਾਲ ਜਿਹੜਾ ਡਾਇਰੀ ਆਉਂਦਾ ਆਦੀ ਮਨੁੱਖ ਪੱਕੇ ਘਰਾਂ ਵਿੱਚ ਰਹਿੰਦੇ ਸਨ ਇਹ ਵੀ ਗਲਤ ਬਲਕਿ ਉਹ ਜੰਗਲਾਂ ਦੇ ਵਿੱਚ ਰਹਿੰਦੇ ਸਨ ਅੱਗੇ ਕੀ ਹੈ ਇਹਦੇ ਵਿੱਚੋਂ ਹੇਠ ਦਿੱਤੇ ਵਿੱਚੋਂ ਕੋਈ ਦੋ ਪ੍ਰੈਸ਼ਨ ਕਰੋ 3-3 ਨੰਬਰ ਦਾ ਇੱਕ ਪ੍ਰੈਸ਼ਨ ਦੇ ਤਿੰਨ ਨੰਬਰ ਹਨ ਤੇ ਕੋਈ ਦੋ ਪ੍ਰੈਸ਼ਨ ਕਰਨੇ ਨੇ ਪਹਿਲਾ ਕੀ ਹੈ ਸਵੱਛਤਾ ਦਾ ਕੋਈ ਇੱਕ ਲਾਭ ਦੱਸੋ ਤੇ ਸਵੱਛਤਾ ਮੈਂ ਤੁਹਾਨੂੰ ਬੋਲ ਕੇ ਦੱਸ ਦੇਣਾ ਜਾਂ ਤੁਸੀਂ ਜੋ ਤੁਹਾਡੇ ਟੀਚਰਸ ਨੇ ਤੁਹਾਨੂੰ ਜੈਸ ਅਕੋਰਡਿੰਗ ਲਿਖਾ ਰੱਖਿਆ ਹੈ ਉਸ ਅਕੋਰਡਿੰਗ ਤੁਸੀਂ ਆਪਣੀ ਬੁੱਕ ਦੇ ਵਿੱਚੋਂ ਜਿਹੜਾ ਇਹ ਕੁਐਸਚਨ ਲੱਭ ਕੇ ਕਿਹੜੇ ਲੈਸਨ ਦੇ ਵਿੱਚ ਹੈਗਾ ਉਹਦੇ ਤੋਂ ਜਿਹੜਾ ਯਾਦ ਕਰਨਾ ਹੈ ਸਵੱਛਤਾ ਦਾ ਸਭ ਤੋਂ ਵੱਡਾ ਲਾਭ ਇਹ ਹੈਗਾ ਕਿ ਆਪਾਂ ਤੰਦਰੁਸਤ ਰਹਿੰਦੇ ਆ ਤੇ ਆਪਾਂ ਨੂੰ ਜਿਹੜੀਆਂ ਬਿਮਾਰੀਆਂ ਨਹੀਂ ਲੱਗਦੀਆਂ ਤੇ ਵਾਤਾਵਰਨ ਵੀ ਆਪਣਾ ਆਲਾ ਦਵਾਲਾ ਵੀ ਜਿਹੜਾ ਤੰਦਰੁਸਤ ਰਹਿੰਦਾ ਹੈ ਉਸ ਤੋਂ ਬਾਅਦ ਕੂੜੇ ਦਾ ਨਿਪਟਾਰਾ ਕਿਵੇਂ ਕੀਤਾ ਜਾਂਦਾ ਹੈ ਤਾਂ ਪਿਆਰੇ ਬੱਚੋ ਕੂੜੇ ਦਾ ਨਿਪਟਾਰਾ ਜਿਹੜਾ ਕੀਤਾ ਜਾਂਦਾ ਹੈ ਵੀ ਜਿਵੇਂ ਬਾਹਰ ਕਿਸੇ ਖੁੱਲੀ ਜਗ੍ਹਾ ਦੇ ਵਿੱਚ ਟੋਆ ਪੁੱਟ ਕੇ ਕੂੜਾ ਉਹਦੇ ਵਿੱਚ ਨੱਪ ਕੇ ਉੱਪਰ ਮਿੱਟੀ ਪਾ ਕੇ ਜਿਹੜਾ ਉਹਨੂੰ ਕੂੜੇ ਨੂੰ ਦਬ ਦਿੱਤਾ ਜਾਂਦਾ ਤੇ ਜਿਹੜਾ ਬਾਅਦ ਚ ਇੱਕ ਖਾਦ ਦਾ ਰੂਪ ਧਾਰਨ ਕਰ ਲੈਂਦਾ ਹੈ ਉਸ ਤੋਂ ਬਾਅਦ ਕੀ ਤੁਸੀਂ ਭਾਰਤੀ ਨੋਟਾਂ ਦੇ ਇਸ ਦੀ ਕੀਮਤ ਤੋਂ ਇਲਾਵਾ ਕੋਈ ਹੋਰ ਨੰਬਰ ਵੀ ਵੇਖ ਸਕਦੇ ਹੋ ਇੱਕ ਨੋਟ ਦਾ ਨੰਬਰ ਹੁੰਦਾ ਹੈ ਉਹ ਜਿਹੜਾ ਭਾਰਤੀ ਨੋਟਾਂ ਦੇ ਉੱਪਰ ਛਾਪਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਗਿਰਜ ਐਲ ਅਤੇ ਬਾਜ ਆਪਣੇ ਆਲੇ ਨੇ ਕਿੱਥੇ ਬਣਾਉਂਦੇ ਹਨ ਇਹ ਲੈਸਨ ਤੁਸੀਂ ਕਰ ਰੱਖਿਆ ਹੋਣਾ ਉਸ ਤੋਂ ਬਾਅਦ ਕੱਚੇ ਘਰ ਬਣਾਉਣ ਲਈ ਕਿਹੜੇ-ਕਿਹੜੇ ਅੱਗੇ ਕੀ ਹੈ ਦੋ ਕੁਐਸਚਨ ਹੈ ਜਿਹੜੇ 2.5 ਨੰਬਰ ਦੇ ਹੈ ਇਹ ਵੀ ਤੁਸੀਂ ਕਰਨੇ ਹਨ ਠੀਕ ਹੈ ਇਹ ਵੀ ਤੁਸੀਂ ਆਪਣੇ ਅਕੋਰਡਿੰਗ ਜੋ ਟੀਚਰਸ ਨੇ ਤੁਹਾਨੂੰ ਜਿੱਦਾਂ ਇਕਰਾਰ ਰੱਖਿਆ ਉਹ ਆਪਣੀ ਆਪਣੀ ਬੁੱਕ ਦੇ ਵਿੱਚੋਂ ਕਰਨੇ ਆ ਕੱਚੇ ਘਰ ਬਣਾਉਣ ਲਈ ਕਿਹੜੇ-ਕਿਹੜੇ ਸਮਾਨ ਦੀ ਵਰਤੋਂ ਕੀਤੀ ਜਾਂਦੀ ਹੈ ਬਾਸ ਲੱਕੜੀ ਘਾਹ ਫੂਸ ਕਾਨੇ ਇਹਨਾਂ ਚੀਜ਼ਾਂ ਦੀ ਜਿਹੜੀ ਵਰਤੋਂ ਕੱਚੇ ਘਰ ਬਣਾਉਣ ਵਾਸਤੇ ਕੀਤੀ ਜਾਂਦੀ ਹੈ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਕੋਈ ਦੋ ਉਪਾਅ ਜਿਹੜਾ ਕਿ ਇਹ ਫੈਕਟਰੀਆਂ ਦਾ ਜਿਹੜਾ ਗੰਦਾ ਪਾਣੀ ਉਸ ਨੂੰ ਜਿਹੜਾ ਸ਼ੋਧ ਦਾ ਪਾਣੀ ਨਹਿਰਾਂ ਦੇ ਵਿੱਚ ਨਾ ਛੱਡਿਆ ਜਾਵੇ ਜਾਂ ਉਹਨਾਂ ਦੇ ਵਿੱਚ ਜਿਹੜਾ ਮਸ਼ੀਨੀ ਸਿਸਟਮ ਲਾ ਕੇ ਉਸ ਨੂੰ ਪਾਣੀ ਨੂੰ ਪਿਉਰੀਫਾਈ ਕੀਤਾ ਜਾਵੇ ਤੇ ਨਾ ਹੀ ਜਿਹੜਾ ਪਾਣੀ ਨਹਿਰਾਂ ਦੇ ਪਾਣੀ ਜਾਂ ਨਾਲੀਆਂ ਦੇ ਪਾਣੀ ਦੇ ਵਿੱਚ ਜਿਹੜਾ ਗੂੜਾ ਕ੍ਰਿਕਟ ਨਾ ਸੁੱਟਿਆ ਜਾਵੇ ਤਾਂ ਉਹ ਪਾਣੀ ਦੂਸ਼ਿਤ ਹੋਣ ਤੋਂ ਬਚ ਸਕਦਾ ਕੁਝ ਲੋਕ ਰੇਲਵੇ ਫਾਟਕ ਬੰਦ ਹੋਣ ਦੇ ਬਾਵਜੂਦ ਉਸ ਨੂੰ ਪਾਰ ਕਰ ਕਰਦੇ ਹਨ ਕੀ ਅਜਿਹਾ ਕਰਨਾ ਠੀਕ ਹੈ ਨਹੀਂ ਅਜਿਹਾ ਕਰਨਾ ਕਾਨੂੰਨਨ ਜੁਰਮ ਵੀ ਹੈ ਕਈ ਵੇ ਜੁਰਮਾਨਾ ਵੀ ਹੋ ਸਕਦਾ ਹੈ ਤੇ ਜਾਨ ਦਾ ਵੀ ਖਤਰਾ ਹੁੰਦਾ ਹੈ ਇਸੇ ਲਈ ਅਜਿਹਾ ਕਰਨਾ ਬਿਲਕੁਲ ਵੀ ਠੀਕ ਨਹੀਂ ਹੈ ਮਛਰਾਂ ਨਾਲ ਕਿਹੜੀਆਂ ਬਿਮਾਰੀਆਂ ਫੈਲ ਸਕਦੀਆਂ ਹਨ ਤੇ ਮਛਰਾਂ ਦੇ ਨਾਲ ਕੱਟਣ ਦੇ ਨਾਲ ਜਿਹੜਾ ਮਲੇਰੀਆ ਤੇ ਡੇਂਗੂ ਵਰਗੀਆਂ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਹਨ ਇਹ ਜਿਹੜਾ ਕੀ ਹੈ EVS ਦਾ ਪੇਪਰ ਪੂਰਾ ਕੰਪਲੀਟ ਹੋ ਜਾਂਦਾ ਹੈ ਤੇ ਇਸ ਤੋਂ ਬਾਅਦ ਆਪਾਂ EVS ਪੇਪਰ 2 ਵੀ ਕਰਾਂਗੇ ਜਿੰਦੇ ਵਿੱਚ ਇੰਗਲਿਸ਼ ਮੀਡੀਅਮ ਵੀ ਹੋਊਗਾ ਥੈਂਕ ਯੂ ਜੀ